ਅਸਲਾਮੁਆਲੇਕਮ ਜੀ ਸਾਰੇ ਮੁਸਲਮਾਨ ਭਰਾਵੋ ਤੇ ਸਰਸਿਆ ਕਾਲ ਸਾਰੇ ਪੰਜਾਬੀਓ ਅਸੀਂ ਅੱਜ ਬਹੁਤ ਦੂਰ ਇੱਕ ਜ਼ਿਲ੍ਹਾ ਵਿਹਾੜੀ ਦੇ ਇੱਕ ਮੋਜ਼ਾ ਚੱਕ ਦੇ ਵਿੱਚ ਮੌਜੂਦ ਆ ਜੀ ਮਾੜੀ ਭਾਗੋ ਦੇ ਵਿੱਚ ਜੀ ਰਾਜਾ ਕੰਬੋਸ ਸਾਹਿਬ ਤੇ ਇਮਰਾਨ ਕੰਬੋਸ ਸਾਹਿਬ ਦੋਨੇ ਭਾਈ ਆ ਉਹਨਾਂ ਦਾ ਕਰੇਲੇ ਤੇ ਖੀਰੇ ਦੇ 12 ਏਕੜ ਦੇ ਜ਼ਰੀ ਟਰਨ ਫਾਰਮ ਦੇ ਵਿੱਚ ਮੌਜੂਦ ਆ ਤੇ ਉਹਨਾਂ ਦੇ ਵਸੀਰ ਤਰ ਤਜਰਬੇ ਤੋਂ ਜਿਹੜਾ ਉਹਨਾਂ ਨੇ ਖੀਰਾ ਕਾਸ਼ ਕੀਤਾ ਫਿਰ ਉਹਦੇ ਵਿੱਚ ਹੀ ਕਰੇਲਾ ਕਾਸ਼ ਕਰ ਦਿੱਤਾ ਸੀਗਾ ਮੌਸਮ ala ਤੇ ਉਹਨਾਂ ਤੋਂ ਅਸੀਂ ਪੁੱਛਾਂਗੇ ਵੀ ਇਹ ਕਿਦੋਂ ਕਾਸ਼ ਕੀਤਾ ਸੀਗਾ ਕਿਹੜੀ ਕਿਹੜੀ ਸਪਰੇਅ ਕੀਤੀ ਆ ਕਿੰਨੇ ਕੁ ਛਾਪ ਪਰ ਕਿੰਨੇ ਕੁ ਬੈਗ ਲੱਥ ਜਾਂਦੇ ਆ ਤੇ ਆਉਣ ਵਾਲੇ ਜਿਹੜੇ ਜ਼ਿੰਮੇਦਾਰ ਆ ਜਿਹਨਾਂ ਨੇ ਵਾਈ ਕਰਦੀਆਂ ਆ ਟਾਲੇ ਫਾਰਮਿੰਗ ਦੇ ਵਿੱਚ ਆਣਾ ਵਾ ਉਹਨਾਂ ਨੂੰ ਕੀ ਬੈਨੀਫਿਟ ਹਾਸਲ ਹੁੰਦੇ ਆ ਖੀਰੇ ਤੇ ਕਰੇਲੇ ਦੇ ਵਿੱਚ ਉਹ ਸਾਰੀ ਤਫਸੀਲਾਂ ਅੱਜ ਅਸੀਂ ਇਹਨਾਂ ਤੋਂ ਪੁੱਛਾਂਗੇ ਜੀ ਸਲਾਮ ਅਲੈਕਮ ਜੀ ਰਾਜਾ ਸਾਹਿਬ ਵਾਲੇਕਮ ਸਲਾਮ ਕੀ ਹਾਲ ਚਾਲ ਆ ਠੀਕ ਆ ਠੀਕ ਹੋ ਠੀਕ ਥੋੜਾ ਜਿਹਾ ਉੱਚੀ ਬੋਲਣਾ ਕਿਉਂਕਿ ਮੈਕ ਦਾ ਪ੍ਰੋਬਲਮ ਆ ਮੈਕ ਨਹੀਂ ਨਾਲ ਲੈ ਕੇ ਅਸੀਂ ਆਏ ਅੱਜ ਤੇ ਜਿੰਨੇ ਵੀ ਸਾਡੇ ਕਾਸ਼ਕਾਰ ਭਰਾਵਾ ਕਿਉਂ ਤੁਹਾਡੀ ਆਵਾਜ਼ ਤੁਹਾਡਾ ਜਿਹੜਾ ਤਜਰਬਾ ਉਹਦੇ ਤੋਂ ਫਾਇਦਾ ਜ਼ਿਆਦਾ ਜ਼ਿਆਦਾ ਚੱਕ ਸਕਣ ਇਹ ਤੁਸੀਂ ਪਹਿਲੇ ਖੀਰਾ ਲਾਇਆ ਸੀਗਾ ਤੇ ਕਿਹੜੀ ਤਰੀਕ ਨੂੰ ਤਾਂ ਕਿਹੜਾ ਬੀ ਲਾਇਆ ਸੀ 10ਵੇਂ ਮਹੀਨੇ ਦੀ 18 ਤਰੀਕ ਨੂੰ ਅੱਛਾ ਇਹ ਖੀਰਾ ਲਾਇਆ 7504 پارکل سیڈ ਦਾ ਤੇ ਆ ਖਾਲਕ ਤੇ ਇਹ ਜਿਹੜਾ ਕਰੇਲਾ ਵਾ ਹੁਣ ਤਿਆਰ ਹੋਇਆ ਮਾਸ਼ਾਅੱਲਾ ਤੀਸਰੀ ਚੌਥੀ ਤੁਸੀਂ ਚਣਾਈ ਕਰ ਚੁੱਕੇ ਹੋ ਤੇ ਹੁਣ ਵੀ ਬਹੁਤ ਭਾਲਾ ਮਾਸ਼ਾਅੱਲਾ ਤੇ ਬਹੁਤ ਪਿਆਰੀ ਫਸਲ ਆ ਤੇ ਇਹ ਜਿਹੜਾ ਬੀਜ ਤੁਸੀਂ ਕਰੇਲੇ ਦਾ ਵੀ ਖੀਰੇ ਦੇ ਨਾਲ ਲਾਇਆ ਸੀਗਾ ਇਹ 8 ਦਿਨ ਬਾਅਦ ਵਿੱਚ ਲੱਗਾ ਸੀ ਸਾਢੇ 3 ਫੁੱਟ ਤੇ ਕਿਹੜੇ ਮਹੀਨੇ ਕਾਸ਼ ਕੀਤਾ ਸੀਗਾ 10ਵੇਂ ਮਹੀਨੇ ਦੀ 25 ਤਰੀਕ ਨੂੰ अच्छा ਤੇ ਖੀਰੇ ਨੂੰ ਵੀ ਸਪਰੇਅ ਕਰਦੇ ਰਹੇ ਉਹ ਖੀਰੇ ਦੀ ਤੇ ਹੁਣ ਵੱਲ ਜਿਹੜੀ ਆ ਉਹ ਹੁਣ ਕਰੇਲੇ ਦੀ ਉੱਤੇ ਪੈ ਗਈ ਆ ਖੀਰਾ ਖਤਮ ਹੋ ਗਿਆ ਕਿਤੇ ਕਿਤੇ ਨਜ਼ਰ ਆ ਰਿਹਾ ਸਾਨੂੰ ਤੇ ਜਿਹੜਾ ਕਰੇਲਾ ਵਾ ਉਹ ਸਾਡੇ ਜ਼ਿੰਮੇਦਾਰ ਭਰਾ ਦੇਖ ਸਕਦੇ ਆ ਕਿ ਬਰਪੂਰ ਵੱਲ ਇਹ ਕਿਹੜੀ ਸਪਰੇਅ ਆ ਸੀ ਕਈ ਫਾਰਮਰ ਦੇ ਵਿੱਚ ਗਏ ਆ ਤੇ ਉਥੇ ਮੱਖੀ ਦੀ ਬਹੁਤ ਸ਼ਿਕਾਇਤ ਆ ਕਰੇਲੇ ਨੂੰ ਸ਼ੂਟ ਫਲਾਈ ਜਿਹਨੂੰ ਕਹਿੰਦੇ ਆ ਤੇ ਉਹਦੇ 'ਚ ਤੁਹਾਡੇ ਕੰਟਰੋਲ ਆ ਮਾਸ਼ਾਅੱਲਾ ਮੈਂ ਦੇਖਦਾ ਪਿਆ ਕੋਈ ਮੱਖੀ ਨਹੀਂ ਉੱਡਦੀ ਪਈ ਸ਼ੂਟ ਫਲਾਈ ਇਹ ਕਿਹੜੀ ਸਪਰੇਅ ਕੀਤੀ ਆ ਕੀ ਕੰਟਰੋਲ ਕੀਤਾ ਇਹ ਟ੍ਰਾਈਕਲੋਰਫਾਨ ਤੇ ਵਿੱਚ ਪਾਈ ਡਾਇਨਾਡਿਮ اچھا ਉਹ ਇਹਨਾਂ ਉਹ ਸਪਰੇ ਰਿਪੀਟ ਕੀਤੀ ਆ ਤੁਸੀਂ ਹਾਂ ਨਾ ਲਿਮੜਾਤੀ ਸੀ ਕਿਉਂਕਿ ਟਾੜੇ ਮੱਖੀ ਬਿਲਕੁਲ ਨਹੀਂ ਨਜ਼ਰ ਆ ਰਹੀ ਹਾਂਜੀ ਤੇ ਐਡਾ ਪੀਲਾ ਕਰੇਲਾ ਜਾਂ ਡੈਮੇਜ ਕਰੇਲਾ ਨਹੀਂ ਹੋਇਆ ਤੇ ਮਾਸ਼ਾਅੱਲਾ ਫਰੂਟਿੰਗ ਬਹੁਤ ਆ ਥੋੜਾ ਅੱਗੇ ਸਾਡੇ ਤੁਰੇ ਜਾਓ ਦਿਖਾਓ ਵੀ ਜਿਹੜਾ ਇਹਦੀ ਫਰੂਟਿੰਗ ਆ ਹਾਂਜੀ ਆ ਸਾਡੇ ਕਿਸਾਨ ਭਰਾ ਵੇਖ ਸਕਦੇ ਇਹ ਅੱਜ ਤੁਸੀਂ ਚੁਣਾਈ ਕੀਤੀ ਆ ਇਕੜ ਦੀ ਕਰੇਲੇ ਦੀ ਹਾਂਜੀ ਤੇ ਰਮਜ਼ਾਨ ਦਾ ਆਖਰੀ ਅਸ਼ਰਾ ਚੱਲਦਾ ਪਿਆ ਵਾ ਤੇ ਇਹ ਕਿੰਨੇ ਸ਼ਾਪਰ ਨਿਕਲ ਆਂਦੇ ਨੇ ਕਿੱਲੇ ਵਿੱਚੋਂ ਇੱਥੇ 250 300 ਤੀਸਰੀ ਚੁਣਾਈ ਕੀਤੀ ਆ ਤੇ ਮਾਸ਼ਾਅੱਲਾ ਰੇਟ ਤੇ ਬਹੁਤ ਆ ਹਾਂਜੀ 800 700 900 1100 ਤੀ ਵਿੱਚ ਆ ਇਹ ਤੁਸੀਂ ਇੱਕ مشورہ ਦੋਗੇ ਜਿਹੜੇ ਸਾਡੇ ਬਾਹਰਲੇ ਮੁਲਕਾਂ ਚ ਸਾਡੀ ਵੀਡੀਓ ਦੇਖਦੇ ਨੇ ਕਾਸ਼ਕਾਰ ਜਿਹਨਾਂ ਨੇ ਨਵਾਂ ਕਾਸ਼ਕਾਰੀ ਚਾਣਾ ਹੈ ਕਿ ਜ਼ਿੰਮੇਦਾਰਾਂ ਨੇ ਵੀ ਓਪਨ ਵਾਈਜ਼ ਚ ਫਾਇਦਾ ਜਾਂ ਟਰਨਿੰਗ ਫਾਰਮਿੰਗ ਦੇ ਵਿੱਚ ਫਾਇਦਾ ਹੈ ਸਰ ਓਪਨ ਇੱਕ ਓਪਨ ਚ ਕੋਈ ਫਾਇਦਾ ਨਹੀਂ ਤੇ ਇਹ ਤੁਸੀਂ ਜਿਹੜਾ ਮਲਟੀ ਕ੍ਰੌਪਸ ਡਬਲ ਫਸਲ ਲਾਈ ਆ ਜਿਹਨੂੰ ਕਹਿੰਦੇ ਆ ਇੱਕ ਤੀਰ ਨਾਲ ਦੋ ਨਿਸ਼ਾਨੇ ਕੀਤੇ ਹੋਏ ਇੱਕ ਹੀ ਖਰਚੇ ਦੋ ਫਸਲਾਂ ਤਿਆਰ ਕੀਤੀਆਂ ਇਨਸ਼ਾ ਅੱਲਾਹ ਹੋਵੇ ਤੁਹਾਡੇ ਸਾਹਮਣੇ ਤੇ ਇਹਦੇ ਬਾਰੇ ਕੀ ਤੁਹਾਡਾ ਤਜਰਬਾ ਕਹਿ ਰਿਹਾ ਬਹੁਤ ਹੀ ਅੱਛਾ ਤਜਰਬਾ ਹੁਣ ਕੀ ਆ ਰੈਡ ਵੀ ਡਾਊਨ ਹੋ ਗਿਆ ਕarele ਮਾਸ਼ਾਅੱਲਾ ਇਹ ਜੂਨ ਤੱਕ ਚੱਲਣਾ ਸਾਡਾ ਅੱਛਾ ਜੂਨ ਦੇ ਮਹੀਨੇ ਤੱਕ ਗੋਲ ਲਾਇਆ ਵੀ ਇਹ ਗੋਲ ਵੀ ਆ ਇਹ ਕarele ਦਾ ਵੀ ਗੋਲ ਸਟਾ ਗੋਲ ਹਣੀ ਗੋਲਾ ਆਪਣੇ ਬਰਕਲ ਸੀਡ ਦਾ ਬਰਕਲ ਸੀਡ ਦਾ ਮਾਸ਼ਾਅੱਲਾ ਇਹ ਤੇ ਪਹਿਲੀ ਵਾਰੀ ਅਸੀਂ ਦੇਖਿਆ ਆ ਪਹਿਲੇ ਵੀ ਕਈ ਖੱਤਿਆਂ ਚ ਗਏ ਆ ਪਰ ਇਦਾਂ ਦੀ ਜਿਹੜੀ ਵੱਲ ਇਦਾਂ ਦੀ ਪੋਜੀਸ਼ਨ ਕarele ਦੀ ਅਸੀਂ ਪਹਿਲੇ ਨਹੀਂ ਦੇਖੀ ਕarele ਵੇਖ ਬੰਦੋ ਪਿਆ ਹਾਂਜੀ ਨਿੱਕੀ ਜਿਹੀ ਫਰੂਟਿੰਗ ਬੜੀ ਹੈ ਹਾਂਜੀ ਇਹ ਪੀਲਾ ਖੋਇਆ ਜੀ ਜਿਹੜੀ ਸਰਦੀ ਨਾਲ ਕੋਈ ਸਰਦੀ ਨਾਲ ਕੋਈ ਮੱਖੀ ਦਾ ਵੀ ਟੈਗ ਸੀਗਾ ਸਰਦੀ ਜਿੱਦਾਂ ਜਾਂ ਲੋਅ ਚੱਲਨੇ ਆ ਇਹ ਸਹੀ ਹੋ ਜਾਣਾ ਇਹ ਪਿੱਛੇ ਸਾਡੀ ਹਿਸਤੀ ਲੱਗਦੀ ਤੇ ਇਹਨੂੰ ਜਿਹੜਾ ਖਾਦਾਂ ਨਾਲ ਵਾ ਦੁਰਾਨੀਆਂ ਉਹ ਕਿਵੇਂ ਖਾਦਾਂ ਪਾ ਰਹੇ ਹੋ ਕਿਹੜੀ ਕਿਹੜੀ ਖਾਦ ਪਾਈ ਹਰ ਪਾਣੀ ਚ ਹਾਂਜੀ ਨਾਈਟ੍ਰੋਫਾਸ ਅਠੇ ਦਿਨ ਚੌਥੇ ਦਿਨ ਪਾਣੀ ਲਗਾਉਣਾ ਤੇ ਸਪਰੇਅ ਵੀ ਟੋਨਿਕ ਵੀ ਕਰਦੇ ਹੋ ਜਿਹੜਾ ਇਹਦੇ ਵਾਸਤੇ ਕਿਹੜਾ ਟੋਨਿਕ ਕਰਦੇ ਹੋ ਸੰਜੰਟਾ ਦਾ अच्छा ए एक इजा बयान है खदवा क्वांटस वो कर दे हां जी ओदा करके इतनी हरियाली ਤੇ ਇੰਨੀ ਫਰੂਟਿੰਗ ਆ हां जी ਚਮਕਾ ਕਰੇਲੇ ਦਾ ਜਿਹੜਾ ਫਾਲ ਆਵੇ ਤੁਹਾਡੇ ਹੱਥ 'ਚ ਵੀ ਵੇਖ ਸਕਦੇ ਆ हां जी ਵੀ ਇਹਦੇ 'ਚ ਚਮਕ ਬੜੀ ਆ हां जी ਇਹ ਐਰ ਕੀ ਤੁਹਾਡੇ ਕੋ 12 ਏਕੜ ਖੀਰਾ ਤੇ ਕਰੇਲਾ ਸੀਗਾ ਤੇ ਅਗਲੇ ਸਾਲ ਕੀ ਵੀ ਇਹ ਤੋਂ ਇਹ ਤੋਂ ਵੀ ਵਧਾਉਂਦਾ ਇਨਸ਼ਾਅੱਲਾ ਵਧਾਉਣਾ ਵੇ ਵਧਾਉਣਾ ਇਹ ਤੁਸੀਂ ਹੁਣ ਸਾਡੇ ਜਿਹੜੇ ਜ਼ਿੰਮੇਦਾਰ ਭਰਾ ਵਾ ਇਹ ਕਿੱਲੇ ਦੇ ਵਿੱਚ ਖੀਰੇ ਤੇ ਕਰੇਲੇ ਦਾ ਕਿੰਨਾ ਖਰਚਾ ਤੇ ਕਿੰਨੀ ਕਮਦਨ ਹੋ ਜਾਂਦੀ ਹੈ ਇਹ ਵੀ ਆਮ ਤਾਂ ਮਾਸ਼ਾਅੱਲਾ ਕਾਫੀ ਖੀਰੇ ਤੋਂ ਬਾਅਦ ਕਰੇਲਾ ਸ਼ੁਰੂ ਮਾਸ਼ਾਅੱਲਾ ਫਰੇ ਹੋਇਆ ਆ ਇੱਕ ਵਾਲਾ ਵੇਖੋ ਜੀ 8 ਦੇਖ ਸਕਦੇ ਹੋ ਸਾਡੇ ਕਿਸਾਨ ਭਰਾ ਇੱਕ ਵਾਲਾ 8 10 10 ਚਮਕਦਾਰ ਕਰੇਲਾ ਇਹ ਮੇਰਾ ਖਿਆਲ ਆ ਵੀ 7-8 ਦਿਨ ਬਾਅਦ ਹੀ ਆ ਤੇ ਇਦੋਂ ਬਾਅਦ ਇਹ ਜ਼ੋਰ ਪੈ ਜਾਏਗਾ ਟਾਡੇ ਇਨਸ਼ਾਅੱਲਾ 1 ਏਕੜ ਦਾ ਸੀ 1000 ਸ਼ਾਹ ਪਰ ਕੱਢਿਆ 1700 ਪਿਛੇ ਸਾਲ 1 ਏਕੜ ਦੇ ਵਿੱਚ 1000 ਤੋਂ 1200 ਛਾਪ ਪਿਛਲੇ ਸਾਲ ਕੱਢਿਆ ਐ। ਇਸੇ ਹੀ ਬੀਜ ਦਾ 1 ਕਿਚਨਾਈ ਦਾ 1 ਕਿਚਨਾਈ ਦਾ ਦੀ 1000 1200 ਛਾਪ ਹੋ ਜਾਂਦਾ ਏ ਕਿਚਨਾਈ ਦਾ ਤੇ ਚਨਾਈ ਕਿੰਨੇ ਦਿਨ ਬਾਅਦ ਕਰਦੇ ਹੋ ਵਿੱਚ? 30 ਦਿਨ 30 ਦਿਨ ਹਰ ਚੌਥੇ ਦਿਨ ਬਾਅਦ ਹੋਏਗੀ ਹਾਂਜੀ ਹਾਂਜੀ ਆਹ ਦੇਖੋ ਜੀ ਗੁੱਲੂ ਵੀ ਕਰੇਲੇ ਦਾ ਬਰਕਲ ਕੰਪਨੀ ਦਾ ਬਰਕਲ ਕੰਪਨੀ ਦਾ ਬੀ ਐ ਸਾਡੇ ਕਿਸੇ ਵੀ ਭਰਾ ਨੇ ਅਗਰ ਕਰੇਲਾ ਖੀਰੇ ਦੇ ਵਿੱਚ ਲਾਣਾ ਵਾ ਤੇ ਉਹੀ ਬੀਜ ਨੂੰ ਸਿਲੈਕਟ ਕਰੇ ਸਾਡਾ ਤੇ ਕਹਿੰਦਾ ਕਿਉਂਕਿ ਆ ਵੇਖੋ ਨਾ ਆ ਖੀਰਾ ਛੋਟਾ ਦਾ ਆ ਛੋਟੇ ਦਾਓ ਕੈਪਸੂਲ ਕਿਤੇ ਕਿਤੇ ਤਿਆਰ ਹੋਏ ਆ ਆਈ 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 ਸਾਰੀ ਆਹ ਯਾ ਖੀਰਾ ਖਤਮ ਹੋ ਗਿਆ ਹੁਣ ਹਾਂ ਖੀਰਾ ਜੀ ਬਾਕੀ ਆ ਤਾਂ ਪਿੱਛੇ ਵੱਲਾ ਹੈ ਗਿਆ ਹਲੇ ਵੀ ਖੀਰਾ ਉਹ ਲਾਹਤਾਵਾ 200 250 ਸ਼ਾਪਰ ਕਿੱਲੇ ਰੋ ਕੱਲ ਤੋੜਿਆ ਜੀ ਸਾਡੀ ਇਹ ਹਲੇ ਕੱਲ ਚੁਣਾਈ ਕੀਤੀ ਆ ਕਰੇਲੇ ਦੀ ਤੇ ਕਰੇਲਾ ਦੂਨ ਆ ਗਿਆ ਬਾਅਦ ਤੇ ਫਿਰ ਟੁੱਟ ਜਾਏਗਾ ਇਨਸ਼ਾ ਅੱਲਾਹ ਕੱਲ ਤੋੜੂ ਬਹੁਤ ਸ਼ੁਕਰੀਆ ਸਾਡੇ ਨਾਲ ਰਾਜਾ ਕੰਬੋਸ ਸਾਹਿਬ ਸਾਡੇ ਨਾਲ ਮਜ਼ਦੂਰ ਸੀਗੇ ਮਾੜੀ ਭਾਗੋ ਜ਼ਿਲ੍ਹਾ ਵਿਹਾੜੀ ਦੇ ਵਿੱਚ ਮਾੜੀ ਭਾਗੋ ਮੋਜ਼ਾ ਇੱਥੇ ਤੇ ਜ਼ਿਲ੍ਹਾ ਵਿਹਾੜੀ ਦੇ ਵਿੱਚ ਮੌਜੂਦ ਆ ਸੀ ਅੱਜ ਤੇ ਉਹਨਾਂ ਕੋ ਉਹਨਾਂ ਦੇ ਵਸੀਰ 터ਨਲ ਫਾਰਮਿੰਗ ਦੇ ਤਜਰਬੇ ਦੇ ਲਿਆਇਨਾ ਸੀ ਉਹਨਾਂ ਤੋਂ ਬਹੁਤ ਸਾਰੀ ਮਾਲੂਮਾਤ ਆਦੇ ਕਿਸਾਨ ਭਰਾਵਾਂ ਨੂੰ ਦਿੱਤੀ ਹੈ ਤੇ ਕਿਸੇ ਵੀ ਸਾਡੇ ਪੰਜਾਬੀ ਭਰਾ ਨੂੰ ਚਾਹ ਕੈਨੇਡਾ ਚਾਹ ਪਾਕਿਸਤਾਨ ਚਾਹ ਇੰਡੀਆ ਚਾਹ ਕਿਤੇ ਵੀ ਆ ਕਿਸੇ ਨੇ ਸਾਡੇ 터ਨਲ ਫਾਰਮਿੰਗ ਦੇ ਬਾਰੇ ਓਪਨ ਵਾਈਜ਼ ਦੇ ਬਾਰੇ ਕਿਸੇ ਵੀ ਕਿਸਮ ਦੀ ਮਾਲੂਮਾਤ ਲੈਣੀ ਹੈ ਤੇ ਉਹ ਸਾਡੇ ਨਾਲ ਕਮੈਂਟਸ ਦੇ ਵਿੱਚ ਰਾਬਤਾ ਕਰ ਸਕਦਾ ਹੈ